ਸਮੇਂ ਆਪ ਤੈਅ ਕਰਨ ਦਾ ਸਮਾਂ 20 ਮਿੰਟ ਦਾ ਸੀ ਉਹ 10 ਮਿੰਟ ਪਹਿਲਾਂ ਹੁੰਦਾ ਸੀ ਜਿਸ ਕਾਰਨ ਅਸੀਂ ਖੜ੍ਹੇ ਹਾਂ ਅੱਜ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪੱਟੀਆਂ ਦੇ ਅੰਦਰ ਜਿੱਥੇ ਕਿ ਸੇਵਾ ਭਾਰਤੀ ਦੁਆਰਾ ਇੱਕ ਬਾਲ ਸੰਸਕਾਰ ਕੇਂਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਚਲਾਇਆ ਜਾ ਰਿਹਾ ਹੈ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਕੇਂਦਰ ਨੂੰ ਜਸਵੰਤ ਜਿਊਲਰ ਖੰਨਾ ਵੱਲੋਂ ਸ਼੍ਰੀ ਸੁਰਿੰਦਰ ਵਰਮਾ ਜੀ ਨੇ ਆਪਣੇ ਪੂਜਿਆ ਪਿਤਾ ਸਵਰਗੀ ਸ਼੍ਰੀ ਜਸਵੰਤ ਰਾਏ ਵਰਮਾ ਜੀ ਦੀ ਯਾਦ ਵਿੱਚ ਅਡੋਪਟ ਕੀਤਾ ਹੈ ਸੁਰਿੰਦਰ ਜੀ ਅੱਜ ਜਿੱਦਾਂ ਤੁਸੀਂ ਆਏ ਹੋ ਇੱਥੇ ਇਹ ਕੇਂਦਰ ਚੱਲ ਰਿਹਾ ਸੇਵਾ ਭਾਰਤੀ ਵੱਲੋਂ ਕੈਸਾ ਲੱਗਿਆ ਤੁਹਾਨੂੰ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਸੇਵਾ ਭਾਰਤੀ ਵੱਲੋਂ ਇੰਨਾ ਵਧੀਆ ਕੰਮ ਕੀਤਾ ਜਾ ਰਿਹਾ ਬੱਚਿਆਂ ਨੂੰ ਸੰਸਕਾਰ ਦਿੱਤੇ ਜਾ ਰਹੇ ਹੈ ਬੱਚਿਆਂ ਨੂੰ ਸਾਰਾ ਇਸ ਆਪਣੇ ਦੇਸ਼ ਦੇ ਪ੍ਰਤੀ ਆਪਣੇ ਜਾਗਰਿਤ ਕੀਤਾ ਜਾ ਰਿਹਾ ਆਪਣੇ ਸਭ ਤਰ੍ਹਾਂ ਦਾ ਸੇਵਾ ਭਾਰਤੀ ਬਹੁਤ ਅੱਛਾ ਕੰਮ ਕਰ ਰਹੀ ਹੈ ਸਕੂਲ ਹੈ ਬਹੁਤ ਅੱਛਾ ਹੈ ਮੈਨੂੰ ਪਹਿਲੀ ਵਾਰ ਮੈਂ ਆਇਆ ਇਸ ਵਿੱਚ ਮੈਨੂੰ ਬਹੁਤ ਅੱਛਾ ਲੱਗਿਆ ਸਰ ਜਿੱਦਾਂ ਅੱਜ ਕੇਂਦਰ ਸੇਵਾ ਭਾਰਤੀ ਨੇ ਤੁਹਾਡੇ ਪੂਜਿਆ ਪਿਤਾ ਜੀ ਸਵਰਗੀ ਜਸਵੰਤ ਰਾਏ ਵਰਮਾ ਜੀ ਦੀ ਯਾਦ ਵਿੱਚ ਸ਼ੁਰੂ ਕੀਤਾ ਉਹ ਕੈਸਾ ਲੱਗਿਆ ਮੈਨੂੰ ਬਹੁਤ ਖੁਸ਼ੀ ਹੈ ਸਾਡੇ ਪਿਤਾ ਜੀ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਉਹਨਾਂ ਦਾ ਨਾਮ ਰੋਸ਼ਨ ਹੋ ਰਿਹਾ ਉਹਨਾਂ ਜਿਸ ਤਰ੍ਹਾਂ ਦੀ ਉਹਨਾਂ ਦੀ ਭਾਵਨਾ ਸੀਗੀ ਬੱਚੇ ਤਰੱਕੀ ਕਰਨ ਉਹਨਾਂ ਦੇ ਦੇਸ਼ ਦੇ ਪ੍ਰਤੀ ਸਮਾਜ ਸੰਸਕਾਰ ਉਹਨਾਂ ਦੇ ਡਿਵੈਲਪ ਹੋਣ ਉਸ ਤਰ੍ਹਾਂ ਦੀ ਹੀ ਸਾਰਾ ਕੰਮ ਹੋ ਰਿਹਾ ਬਹੁਤ ਅੱਛਾ ਹੋ ਰਿਹਾ ਮੇਰੇ ਨਾਲ ਮੌਜੂਦ ਨੇ ਸੇਵਾ ਭਾਰਤੀ ਖੰਨਾ ਦੇ ਪ੍ਰਧਾਨ ਸ਼੍ਰੀ ਸਤਪਾਲ ਸਿੰਗਲਾ ਜੀ ਸਤਪਾਲ ਜੀ ਜਿੱਦਾਂ ਕਿ ਇਹ ਕੇਂਦਰ ਦਾ ਅੱਜ ਅਸੀਂ ਦੇਖਿਆ ਵੀ ਤੁਸੀਂ ਸ਼ੁਰੂਆਤ ਕੀਤੀ ਹੈ ਸਵਰਗੀ ਸ਼੍ਰੀ ਜਸਵੰਤ ਰਾਏ ਵਰਮਾ ਜੀ ਦੀ ਯਾਦ 'ਚ ਤਾਂ ਸੇਵਾ ਭਾਰਤੀ ਖੰਨਾ ਵਿੱਚ ਕਿੰਨੇ ਕੁ ਕੇਂਦਰ ਔਰ ਕਿਹੜੇ ਕਿਹੜੇ ਕੇਂਦਰ ਚਲਾ ਰਹੀ ਹੈ ਰਾਂਝੀ ਇਸ ਟਾਈਮ ਸੇਵਾ ਭਾਰਤੀ ਖੰਨਾ ਦੇ ਵਿੱਚ 9 ਬਾਲ ਸੰਸਕਾਰ ਕੇਂਦਰ ਚੱਲ ਰਹੇ ਨੇ ਇੱਕ ਕੰਪਿਊਟਰ ਕੇਂਦਰ ਚੱਲ ਰਿਹਾ ਇੱਕ ਝੁੱਗੀ ਝੌਂਪੜੀ ਸਕੂਲ ਚੱਲ ਰਿਹਾ ਇੱਕ ਸਿਲਾਈ ਦਾ ਕੇਂਦਰ ਚੱਲ ਰਿਹਾ ਅੱਜ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗਾ ਆਪਣੇ ਸਮਾਜ ਦੇ ਵਿੱਚ ਅੱਜ ਜਿਸ ਤਰ੍ਹਾਂ ਮਾਨਯ ਵਰਮਾ ਜੀ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਇਹ ਕੇਂਦਰ ਸ਼ੁਰੂ ਕੀਤਾ ਇਸ ਤਰ੍ਹਾਂ ਦੇ ਹੀ ਸਮਾਜ ਦੇ ਵਿੱਚ ਹੋਰ ਸਾਨੂੰ ਮਾਨਯ ਲੋਕਾਂ ਦੀ ਜ਼ਰੂਰਤ ਹੈ ਸੇਵਾ ਭਾਰਤੀ ਨੂੰ ਜ਼ਰੂਰਤ ਹੈ ਕਿਉਂਕਿ ਕੇਂਦਰ ਨੂੰ ਚਲਾਉਣ ਲਈ ਕੁਛ ਖਰਚਿਆਂ ਦੀ ਜ਼ਰੂਰਤ ਹੈ ਜਿਹੜੇ ਕਿ ਇਹਨਾਂ ਦੁਆਰਾ ਹੀ ਪੂਰੇ ਕੀਤੇ ਜਾ ਸਕਦੇ ਨੇ ਔਰ ਜਿਹੜਾ ਸੇਵਾ ਭਾਰਤੀ ਕੰਮ ਕਰ ਰਹੀ ਆ ਇਹਦੀ ਅਜੇ ਹੋਰ ਬਹੁਤ ਜ਼ਰੂਰਤ ਹੈ ਸਾਡੇ ਸਿਰਫ 9 ਕੇਂਦਰ ਨੇ ਜਦੋਂ ਕਿ 90 ਕੇਂਦਰਾਂ ਦੀ ਜ਼ਰੂਰਤ ਹੈ ਇੱਕ ਆਪਾਂ ਮੋਟਾ ਜਿਹਾ ਅੰਦਾਜ਼ਾ ਲਾ ਕੇ ਚੱਲੀਏ ਮੈਂ ਮਤਲਬ ਅਪੀਲ ਕਰਨਾ ਚਾਹਾਂਗਾ ਸਾਰਿਆਂ ਨੂੰ ਵੀ ਸਾਰੇ ਬੰਦੇ ਸੇਵਾ ਭਾਰਤੀ ਦੀ ਕੁਛ ਫਾਈਨੈਂਸ਼ੀਅਲ ਮਦਦ ਕਰਨ ਤਾਂ ਕਿ ਅਸੀਂ ਹੋਰ ਬੜੇ ਦਿਲੋਂ ਹੋਰ ਕੇਂਦਰ ਖੋਲ੍ਹ ਸਕੀਏ ਅਤੇ ਸਮਾਜ ਦੀ ਵੱਧ ਤੋਂ ਵੱਧ ਮਦਦ ਕਰ ਸਕੀਏ ਬੱਚਿਆਂ ਨੂੰ ਜਿਹੜੀ ਜਿਨ੍ਹਾਂ 'ਚ ਸੰਸਕਾਰ ਘਟਦੇ ਜਾ ਰਹੇ ਨੇ ਉਹ ਚੀਜ਼ ਪੁਨਰ ਜੀਵਤ ਹੋ ਸਕੇ ਮੇਰੇ ਨਾਲ ਉਪਸਥਿਤ ਨੇ ਸ਼੍ਰੀ ਸੁਰਿੰਦਰ ਕਾਂਸਲ ਜੀ ਜਿਹੜੇ ਕਿ ਸਰਪ੍ਰਸਤ ਨੇ ਸੇਵਾ ਭਾਰਤੀ ਖੰਨਾ ਦੇ ਸੁਰਿੰਦਰ ਜੀ ਜਿੱਦਾਂ ਕਿ ਸੁਰਿੰਦਰ ਵਰਮਾ ਜੀ ਨੇ ਅਡੋਪਟ ਕੀਤਾ ਅੱਜ ਕੇਂਦਰ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਤਾਂ ਕੈਸਾ ਤੁਹਾਨੂੰ ਮਹਿਸੂਸ ਹੋ ਇਹ ਹਰ ਇੱਕ ਦੇ ਲਈ ਗਰਵ ਦਾ ਵਿਸ਼ਾ ਰਹਿੰਦਾ ਵੀ ਕਿਤੇ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਵੀ ਗਰਵ ਦਾ ਮਹਿਸੂਸ ਕਰਦੇ ਨੇ ਵੀ ਉਹਨਾਂ ਦੇ ਪੂਜੇ ਪਿਤਾ ਜੀ ਦੀ ਯਾਦ ਦੇ ਵਿੱਚ ਹਮੇਸ਼ਾ ਮਤਲਬ ਕਿ
ਲੋਕਾਂ ਦੇ ਦਿਲਾਂ ਦੇ ਵਿੱਚ ਵਸੇ ਰਹਿਣ ਅਤੇ ਹਰ ਇੱਕ ਨੂੰ ਇਹ ਉਹ ਹੁੰਦਾ ਹੈ ਵੀ ਜਿਹੜੇ ਆਪਣੇ ਬਜ਼ੁਰਗ ਨੇ ਉਹਨਾਂ ਦੀ ਯਾਦ ਹਮੇਸ਼ਾ ਮਤਲਬ ਕਿ ਕਾਇਮ ਰਹੇ, ਹਮੇਸ਼ਾ ਹੀ ਕਾਇਮ ਰਹਿਣੀ ਚਾਹੀਦੀ ਹੈ। ਅਤੇ ਮੈਂ ਵੀ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਆਪਣਾ ਸੇਵਾ ਭਾਰਤੀ ਦੇ ਲਈ ਇੱਕ ਅਨਾਊਂਸ ਕਰਦਾ, ਇੱਕ ਬਾਲ ਸੰਸਕਾਰ ਕੇਂਦਰ ਦੀ ਫਾਈਨੈਂਸ਼ੀਅਲ ਮਦਦ ਵਾਸਤੇ ਐਲਾਨ ਕਰਦਾ। ਸਾਡੇ ਨਾਲ ਮੌਜੂਦ ਨੇ ਸਰਦਾਰ ਮਲਕੀਤ ਸਿੰਘ ਜੀ, ਜਿਹੜੇ ਕਿ ਐਕਸ ਐਮ ਸੀ ਨੇ ਇੱਥੋਂ ਪੱਟੀਆਂ ਤੋਂ। ਮਲਕੀਤ ਜੀ, ਜਿੱਦਾਂ ਕਿ ਅੱਜ ਤੁਸੀਂ ਆਏ ਹੋ, ਸੇਵਾ ਭਾਰਤੀ ਦਾ ਕੇਂਦਰ ਚੱਲ ਰਿਹਾ, ਕੈਸਾ ਮਹਿਸੂਸ ਹੋਇਆ? ਦੇਖੋ ਜੀ, ਜਿਸ ਤਰ੍ਹਾਂ ਸ਼੍ਰੀ ਸੁਰਿੰਦਰ ਵਰਮਾ ਜੀ ਨੇ ਆਪਣੇ ਸਵਰਗੀ ਪਿਤਾ ਸ਼੍ਰੀ ਜਸਵੰਤ ਵਰਮਾ ਜੀ ਦੇ ਨਾਂ 'ਤੇ ਇਹ ਇਸ ਕੇਂਦਰ ਨੂੰ ਅਡੋਪਟ ਕੀਤਾ ਹੈ, ਮੈਂ ਤਾਂ ਕਹਿੰਦਾ ਇਦੋਂ ਵੱਡੀ ਗਰਵ ਵਾਲੀ ਕੋਈ ਹੋਰ ਗੱਲ ਨਹੀਂ। ਅਤੇ ਮੈਂ ਹੋਰ ਵੀ ਸਮਾਜ 'ਚ ਜਿਹੜੇ ਚੰਗੇ ਅਹੁਦਿਆਂ 'ਤੇ ਨੇ ਜਾਂ ਜਿਹਨੇ ਚੰਗੇ ਕਾਰੋਬਾਰ ਚੱਲਦੇ ਨੇ, ਮੈਂ ਤਾਂ ਇਹੀ ਕਹਾਂਗਾ ਇਹੋ ਜਿਹੇ ਸੰਸਕਾਰ ਕੇਂਦਰਾਂ ਨੂੰ ਅਡੋਪਟ ਕਰਨ, ਤਾਂ ਕਿ ਜਿਹੜੇ ਗਰੀਬ ਬੱਚੇ ਨੇ ਜਿਹੜੇ ਆਪਣਾ ਵਿਰਸਾ ਭੁੱਲਦੇ ਜਾ ਰਹੇ ਨੇ, ਉਹ ਆਪਣੇ ਵਿਰਸੇ ਨੂੰ ਅਪਣਾਉਣ ਲਈ ਇਹੋ ਜਿਹੇ ਕੇਂਦਰਾਂ ਵਿੱਚ ਆ ਕੇ ਆਪਣੀ ਸਿੱਖਿਆ ਲੈਣ। ਧੰਨਵਾਦ। ਸਾਡੇ ਨਾਲ ਮੌਜੂਦ ਨੇ ਸ਼੍ਰੀ ਬਲਜੀਤ ਵਾਲੀਆ ਜੀ, ਜਿਹੜੇ ਕਿ ਖੰਨਾ ਦੇ ਉੱਘੇ ਸਮਾਜ ਸੇਵਕ ਨੇ। ਵਾਲੀਆ ਜੀ, ਜਿੱਦਾਂ ਕਿ ਅੱਜ ਤੁਸੀਂ ਆਏ ਹੋ ਇੱਥੇ, ਦੇਖਿਆ ਵੀ ਸੇਵਾ ਭਾਰਤੀ ਦਾ ਇੱਕ ਕੇਂਦਰ ਸ਼੍ਰੀ ਸੁਰਿੰਦਰ ਵਰਮਾ ਜੀ ਨੇ ਅਡੋਪਟ ਕੀਤਾ, ਕੈਸਾ ਮਹਿਸੂਸ ਹੋਇਆ? ਮੈਨੂੰ ਉਰੇ ਆ ਕੇ ਜੀ ਬਹੁਤ ਖੁਸ਼ੀ ਹੋਈ ਹੈ। ਜਿਵੇਂ ਜੀ ਇਹਨਾਂ ਦੇ ਪਿਤਾ ਸ੍ਰੀ ਜਸਵੰਤ ਰਾਏ ਜੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਉਹਨਾਂ ਦੀ ਸ਼ੁਰੂ ਤੋਂ ਹੀ ਗਰੀਬ ਬੱਚਿਆਂ ਦੀ ਅਤੇ ਹੋਰ ਆਪਣੇ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਬੇਟੀਆਂ ਦੀ ਸ਼ਾਦੀ ਕਰਾਉਣ ਦਾ ਸਾਰਾ ਖਰਚਾ ਉਹ ਕੋਲੋਂ ਹੀ ਕਰਦੇ ਸੀਗੇ। ਮੈਨੂੰ ਬਹੁਤ ਖੁਸ਼ੀ ਹੈ ਵੀ ਉਹਨਾਂ ਦੇ ਜਿਹੜੇ ਆਪਣੇ ਸਪੁੱਤਰ ਨੇ ਸ੍ਰੀ ਸੁੰਦਰਪਾਲ ਵਰਮਾ ਜੀ, ਅੱਗੇ ਉਹੀ ਰਾਹ 'ਤੇ ਚੱਲਦੇ ਹੋਏ ਪੂਰਾ ਅੱਛਾ ਕੰਮ ਕਰ ਰਹੇ ਹਨ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਗਿਆ, ਪਰ ਮੈਂ ਚਾਹੁੰਦਾ ਵੀ ਇਹ ਇਸੇ ਤਰ੍ਹਾਂ ਚਲਾਉਂਦੇ ਰਹਿਣ, ਔਰ ਇਹਨਾਂ ਦੀ ਰੱਬ ਦੀ ਬਹੁਤ ਕਿਰਪਾ, ਇਸ ਤੋਂ ਵੱਧ ਵੀ ਚਲਾ ਸਕਦਾ। ਇਸ ਲਈ ਧੰਨਵਾਦ।